ਕਰਨ ਸਿੰਘ ਸਾਈਬਰ ਕ੍ਰਾਈਮ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਇਨਵੈਸਟੀਗੇਸ਼ਨ ਦੀ ਕਾਲ ਆਈ ਆ ਮਹਾਰਾਜ, ਆਪਣੀ ਫੈਮਿਲੀ 'ਚ ਕਿੰਨੇ ਮੈਂਬਰ ਨੇ? ਸਰ 3 ਜਣੇ ਆ ਜੀ। ਕੌਣ ਕੌਣ ਨੇ ਜੀ? ਸਰ ਮੈਂ ਆ ਅਤੇ ਵਾਈਫ ਹੈ ਅਤੇ ਬੇਟਾ ਜੀ। ਠੀਕ ਹੈ, ਬੇਟੇ ਦਾ ਕੀ ਨਾਂ ਹੈਗਾ ਜੀ? ਬੇਟੇ ਦਾ ਨਾਂ ਰਾਹੁਲ ਹੈ ਸਰ। ਰਾਹੁਲ ਹੈ, ਠੀਕ ਹੈ। ਕੀ ਕੰਮ ਕਰਦਾ ਰਾਹੁਲ? ਉਹ ਸਰ ਸਟੱਡੀ ਕਰਦਾ ਜੀ। ਕਿਹੜੀ ਕਲਾਸ ਹੈ? ਉਹ ਸਰ BA ਪਾਰਟ 1 ਚ ਜੀ। ਸਾਈਬਰ ਕ੍ਰਾਈਮ ਇੰਟੈਲੀਜੈਂਸ ਚੋਂ ਗੱਲ ਕਰ ਰਿਹਾ, SHO ਕਰਨ ਸਿੰਘ ਬੋਲ ਰਿਹਾ ਸਰ। ਨਹੀਂ ਸਰ, ਰੈਸਟ ਰੈਸਟ ਕਿਵੇਂ ਰੈਸਟ? ਉਹ ਤਾਂ ਕਾਲਜ ਗਿਆ, ਰੈਸਟ ਕਾਹਦੇ 'ਚ ਹੋ ਗਿਆ? ਗੱਲ ਕਰੋ ਸਰ, 4 ਮੁੰਡੇ ਇੱਥੇ ਅਰੈਸਟ ਹੋਇਆ ਲੜਕੀ ਰੇਪ ਕੇਸ ਦੇ ਵਿੱਚ, ਤੁਹਾਡਾ ਬੇਟਾ ਵੀ ਉਹਨਾਂ ਦੇ ਨਾਲ ਅਰੈਸਟ ਹੋ ਗਿਆ ਵਾ। ਔਰ ਇਹ ਗੱਲ ਕਰ ਬੇਟੇ, ਗੱਲ ਕਰ ਡੈਡੀ ਹੈ ਤੇਰੇ, ਸਰ ਰੋਣਾ ਨਹੀਂ ਹੈਗਾ, ਗੱਲ ਕਰ। ਹੈਲੋ, ਉਹ ਤੂੰ ਕਰੋ ਉਸ ਕੋਲ, ਕਾਲਜ ਗਿਆ ਸੀ, ਕਿੱਥੇ ਹੈ ਤੂੰ? ਹੈਂ, ਉਹਨੇ ਗੱਲ ਕਰਾ ਮੇਰੀ। ਨਹੀਂ ਤੂੰ ਕਿੱਥੇ ਤੇ ਘਰੋਂ, ਤੇ ਤੂੰ ਕਾਲਜ ਗਿਆ ਸੀਗਾ, ਤੇ ਮੁੰਡੇ ਤੇਰੇ ਨਾਲ ਕੌਣ ਹੈ? ਮੁੰਡੇ ਕੌਣ ਹੈ ਤੇਰੇ ਨਾਲ? ਉਹਨੇ ਗੱਲ ਕਰਾ, ਇਹਨੂੰ ਅੰਦਰ ਲੈ ਕੇ ਜਾਵੇ। ਹੈਲੋ ਹੈਲੋ ਸਰ, ਇਹ ਤਾਂ ਕਰੋ, ਫੜੇ ਗਏ ਆ ਨਾ, ਮੇਰੀ ਗੱਲ ਸੁਣ ਲਓ। ਹਾਂਜੀ ਮੇਰੀ ਗੱਲ ਸੁਣ ਲਓ। ਹਾਂਜੀ ਤੁਸੀਂ ਇਕੱਲੇ ਹੋ ਜਾਓ, ਦੇਖੋ ਤੁਸੀਂ ਸ਼ੋਰ 'ਚ ਖੜੇ ਹੋ ਕੇ ਮੇਰੇ ਨਾਲ ਗੱਲ। ਮੈਂ ਉਹ ਐਕਚੁਅਲੀ ਦੁਕਾਨ ਤੇ ਕਸਟਮਰ ਸੀ ਨਾ, ਮੈਂ ਇਕੱਲਾ ਸੀ ਦੁਕਾਨ ਤੇ। ਠੀਕ ਹੈ ਸਰ, ਇਹਦਾ ਫਾਈਨ ਹੈਗਾ 2,80,000 ਰੁਪਈਆ, ਉਹ ਤੁਹਾਨੂੰ ਹੁਣੇ ਪੇ ਕਰਨਾ ਪੈਣਾ ਵੀਰ ਜੀ। ਸਰ ਉਹ ਤਾਂ ਬਹੁਤ ਜ਼ਿਆਦਾ ਫਾਈਨ, ਥੋੜ੍ਹਾ ਸਰ ਘੱਟ ਕਰ ਲਓ, ਗਰੀਬ ਬੰਦੇ ਆ ਜੀ। ਸਰ ਐਨੀ ਟਾਈਮ ਆਪਣੇ ਕੋਲ ਕਿੰਨੇ ਆ? ਤੁਸੀਂ ਸਾਈਡ ਤੇ ਹੋ ਜਾਓ, ਮੈਂ ਤੁਹਾਨੂੰ ਕਿਹਾ ਵਾ ਤੁਸੀਂ ਬੰਦੇ ਆ, ਸ਼ੇਅਰ ਮੈਂ ਸਰ ਕਸਟਮਰ ਖੜੇ ਆ ਨਾ ਮੇਰੇ ਕੋਲ, ਕਸਟਮਰ ਖੜੇ ਉਹਨਾਂ ਇਹਨਾਂ ਨੂੰ ਮੈਂ ਭੇਜ ਵੀ ਨਹੀਂ ਸਕਦੇ। ਹਾਂਜੀ ਹਾਲੀ ਸਾਹਿਬ, ਇਹ ਐਕਚੁਲੀ ਜਿਵੇਂ ਆਪਣੇ ਸਮਾਜ ਦੇ ਵਿੱਚ ਲੋਕ ਬੜੇ ਸ਼ਾਤਰ ਅਤੇ ਬੜੇ ਸਮਝ ਲਓ ਫਰੋਡ ਕਰਨ ਵਾਲੇ ਫੈਲੇ ਹੋਏ ਆ, ਇਹਨਾਂ ਨੇ ਆਪਦੇ ਫਰੋਡ ਦੇ ਨਵੇਂ ਨਵੇਂ ਤਰੀਕੇ ਲੱਭੇ ਹੋਏ ਆ। ਅੱਜ ਇਸ ਤਰ੍ਹਾਂ ਹੀ ਇੱਕ ਫਰੋਡ ਕਾਲ ਸਾਨੂੰ ਬੈਠਿਆਂ ਆਈ, ਸਾਨੂੰ ਪਤਾ ਲੱਗ ਗਿਆ ਉਹਦੇ ਉੱਤੇ ਲਿਖਿਆ ਸੀ CID ਔਰ ਕਿਸੇ ਸਾਡੇ ਪੁਲਿਸ ਆਫਿਸਰ ਦੀ, ਉਹਨੇ ਇੱਕ ਫੋਟੋ ਫੇਕ ਫੋਟੋ ਲਗਾਈ ਹੋਈ ਸੀ, ਜਿਸ ਤੋਂ ਸਾਨੂੰ ਲੱਗਿਆ ਵੀ ਇਹ ਫਰੋਡ ਕਾਲ ਹੀ ਹੈ। ਤਾਂ ਅਸੀਂ ਵੀ ਫਿਰ ਉਸ ਨਾਲ ਉਹਦਾ ਫਰੋਡ ਜਾਣਨ ਲਈ ਅਸੀਂ ਇੱਕ ਆਮ ਪਬਲਿਕ ਬਣ ਕੇ ਉਹਨਾਂ ਨਾਲ ਗੱਲ ਕੀਤੀ, ਤਾਂ ਗੱਲ ਦੇ ਵਿੱਚ ਤੁਸੀਂ ਵੀਡੀਓ 'ਚ ਦੇਖਿਆ ਹੋਣਾ, ਅਸੀਂ ਉਹਨਾਂ ਨਾਲ ਇੱਕ ਆਮ ਸਧਾਰਨ ਦੁਕਾਨਦਾਰ ਬਣ ਕੇ ਗੱਲ ਕੀਤੀ, ਜਿਹੜਾ ਸਾਨੂੰ ਕਹਿ ਰਿਹਾ ਸੀਗਾ ਕਿ ਤੁਹਾਡਾ ਜਿਹੜੇ ਪਹਿਲਾਂ ਸਾਡੇ ਤੋਂ ਉਹਨਾਂ ਨੇ ਇਨਫੋਰਮੇਸ਼ਨ ਲਈ ਕਿ ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈ, ਤਾਂ ਅਸੀਂ ਦੱਸਿਆ ਵੀ ਇਸ ਤਰ੍ਹਾਂ ਫੈਮਿਲੀ 'ਚ ਹਸਬੈਂਡ ਵਾਈਫ ਹੈ ਅਤੇ ਬੱਚੇ ਹੈ। ਫਿਰ ਬੱਚੇ ਬਾਰੇ ਪੁੱਛਿਆ, ਤੁਹਾਡਾ ਬੱਚਾ ਕੀ ਕਰਦਾ? ਤਾਂ ਅਸੀਂ ਕਿਹਾ ਬੱਚਾ ਸਟੱਡੀ ਕਰਦਾ, ਤਾਂ ਉਸਨੇ ਜਾਣ ਲਿਆ ਕਿ ਇਹਨਾਂ ਦਾ ਇੱਕ ਲੜਕਾ ਔਰ ਉਹ ਸਟੱਡੀ ਕਰਦਾ। ਤਾਂ ਫਿਰ ਉਹਨੇ ਪੁੱਛਿਆ ਵੀ ਉਹ ਤੁਹਾਡਾ ਬੱਚਾ ਕਿੱਥੇ ਹੈ ਜੀ? ਅਸੀਂ ਕਿਹਾ ਵੀ ਉਹ ਆਪਦੀ ਸਟੱਡੀ ਕਰਨ ਗਿਆ। ਤਾਂ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਬੱਚਾ ਘਰੇ ਅਵੇਲੇਬਲ ਨਹੀਂ, ਉਹ ਸਟੱਡੀ ਕਰਨ ਗਿਆ, ਤਾਂ ਉਹਨੇ ਸਾਨੂੰ ਕਿਹਾ ਕਿ ਮੈਂ ਇੱਕ CID ਡਿਪਾਰਟਮੈਂਟ ਤੋਂ ਪੁਲਿਸ ਅਫਸਰ ਬੋਲ ਰਿਹਾ, ਅਤੇ ਤੁਹਾਡਾ ਬੱਚਾ ਜਿਹੜਾ ਉਹ ਕਿਸੇ ਕੇਸ ਦੇ ਵਿੱਚ ਫਸ ਗਿਆ, ਉਹ ਅਸੀਂ ਫੜਿਆ ਹੋਇਆ ਥਾਣੇ। ਜਦੋਂ ਅਸੀਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਵੀ ਕਾਹਦੇ 'ਚ ਫੜਿਆ ਉਹ ਸਾਨੂੰ ਮਤਲਬ ਇਸ ਚੀਜ਼ ਬਾਰੇ ਉਹਨਾਂ ਨੇ CID ਡਿਪਾਰਟਮੈਂਟ ਦਾ ਜਿਹੜਾ ਇੱਕ ਇਹ ਮਤਲਬ ਖੁਫੀਆ ਮਹਿਕਮਾ ਹੋਣ ਕਰਕੇ ਦੱਸਣ ਦਾ ਇਨਕਾਰ ਕੀਤਾ ਵੀ ਅਸੀਂ ਦੱਸ ਨਹੀਂ ਸਕਦੇ ਗੇ, ਅਤੇ ਲੋਕਾਂ ਨੂੰ ਮਤਲਬ ਉਹ ਇਸ ਤਰ੍ਹਾਂ ਉਲਝਾ ਲੈਂਦੇ ਆਪਦੀਆਂ ਗੱਲਾਂ ਦੇ ਵਿੱਚ ਉਲਝਾ ਕੇ। ਤਾਂ ਉਹ ਅਸੀਂ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹੀ ਸੀਗਾ, ਇਹਦੀ ਰਿਕਾਰਡਿੰਗ ਕਰਨ ਦਾ ਮਕਸਦ ਇਹੀ ਸੀ ਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਫਰੋਡ ਕਾਲ ਆਉਂਦੀਆਂ ਉਹ ਤੁਹਾਡੇ ਬੱਚਿਆਂ ਬਾਰੇ, ਤੁਹਾਡੀ ਫੈਮਿਲੀ ਬਾਰੇ ਸਾਰੀ ਡਿਸਕਸ ਕਰਕੇ ਉਸ ਤੋਂ ਬਾਅਦ ਉਹ ਤੁਹਾਨੂੰ ਉਹ ਪੈਸੇ ਦੀ ਡਿਮਾਂਡ ਕਰਨਗੇ ਕਿ ਤੁਹਾਡਾ ਬੱਚਾ ਪੁਲਿਸ ਸਟੇਸ਼ਨ 'ਚ ਫੜਿਆ ਹੋਇਆ ਜੀ, ਉਹ ਇਸ ਕੇਸ ਦੇ ਵਿੱਚ ਫਸ ਗਿਆ, ਨਹੀਂ ਤਾਂ ਉਹਦੇ 'ਤੇ ਆਹ ਚਾਰਜ ਲੱਗ ਜੂਗਾ, ਤੁਸੀਂ ਸਾਨੂੰ ਇੰਨੇ ਪੈਸੇ ਦੇ ਦਿਓ। ਜਿਸ ਤਰ੍ਹਾਂ ਵੀਡੀਓ 'ਚ ਬੰਦਾ ਪੈਸੇ ਦੀ ਡਿਮਾਂਡ ਕਰ ਰਿਹਾ, ਪਹਿਲਾਂ 2-2.5 ਲੱਖ ਦੀ ਡਿਮਾਂਡ ਕੀਤੀ, ਫਿਰ ਉਹ 50,000 'ਤੇ ਆ ਗਿਆ, ਪੁੱਛਣ ਲੱਗ ਗਿਆ ਵੀ ਤੁਹਾਡੇ ਅਕਾਊਂਟ 'ਚ ਕਿੰਨੇ ਪੈਸੇ ਹੈ? ਅਸੀਂ ਕਿਹਾ 50-60,000 ਹੈ, ਤਾਂ ਕਹਿੰਦਾ ਤੁਸੀਂ ਉਹੀ ਟ੍ਰਾਂਸਫਰ ਕਰੋ, ਗੂਗਲ ਪੇ ਕਰ ਦਿਓ,
ਜਿਵੇਂ ਵੀ ਮਰਜ਼ੀ ਪੇਟ ਸਾਨੂੰ ਟ੍ਰਾਂਸਫਰ ਕਰੋ। ਤੋ ਸਾਡਾ ਮਕਸਦ ਇਹ ਹੈ ਕਿ ਲੋਕ ਅਵੇਅਰ ਹੋਣ ਇਹੋ ਜਿਹੀਆਂ ਫਰੋਡ ਕਾਲਾਂ ਤੋਂ, ਕਿਸੇ ਦੀ ਵੀ ਗੱਲਾਂ ਦੇ ਵਿੱਚ ਨਾ ਆਉਣ। ਇਹ ਵੀ ਇੱਕ ਫਰੋਡ ਹੈ, ਇਸ ਤਰ੍ਹਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਫਰੋਡ ਲੋਕ ਕਲਦੇ ਆ। ਮਤਲਬ ਫੋਨ 'ਤੇ ਕਿਸੇ ਕਿਸਮ ਦੇ ਵੀ ਫਰੋਡ ਦੇ ਵਿੱਚ ਕਾਲ 'ਤੇ ਤੁਸੀਂ ਵਿਸ਼ਵਾਸ ਨਹੀਂ ਕਰਨਾ ਗਾ ਜਿੰਨੀ ਦੇਰ ਤੁਹਾਨੂੰ ਪੂਰਾ ਵਿਸ਼ਵਾਸ ਨਾ ਹੋ ਜਾਏ ਕਿ ਇਹ ਸਾਹਮਣੇ ਵਾਲਾ ਬੰਦਾ ਕੌਣ ਹੈ, ਤੁਸੀਂ ਉਹਨੂੰ ਜਾਣਦੇ ਹੋ। ਉਨੀ ਦੇਰ ਕਿਸੇ ਦੇ ਵਿੱਚ ਗੱਲਾਂ ਦੇ ਵਿੱਚ ਤੁਸੀਂ ਨਹੀਂ ਆਉਣਾ। ਸਾਡਾ ਪਬਲਿਕ ਨੂੰ ਇਹੀ ਇੱਕ ਮੈਸੇਜ ਹੈ ਵੀ ਤੁਸੀਂ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਓ, ਇਹੋ ਜਿਹੇ ਫੋਨਾਂ ਦਾ ਵਿਸ਼ਵਾਸ ਨਾ ਕਰੋ। ਇਹਨਾਂ ਦੀਆਂ ਗੱਲਾਂ 'ਚ ਆ ਕੇ ਆਪਣੀ ਜਿਹੜੀ ਮਿਹਨਤ ਦੀ ਕਮਾਈ ਆ ਉਹ ਇਹਨਾਂ ਦੇ ਖਾਤਿਆਂ 'ਚ ਟ੍ਰਾਂਸਫਰ ਨਾ ਕਰੋ।